ਖਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਸਦਨ ਦੇ ਵਿੱਚ ਵੱਡਾ ਵਾਅਦਾ, ਕਿਹਾ ਮਹਿਲਾਵਾਂ ਦੇ ਲਈ 1000 ਰੁਪਏ ਮਹੀਨੇ ਵਾਲੀ ਗਰੰਟੀ ਵੀ ਜਲਦ ਕਰਾਂਗੇ ਪੂਰੀ। ਸਰਕਾਰ ਨੇ ਹੁਣ ਤੱਕ 4 ਗਰੰਟੀਆਂ ਕੀਤੀਆਂ ਪੂਰੀਆਂ। ਸਦਨ ਦੇ ਵਿੱਚ ਸੀਐਮ ਮਾਨ ਨੇ ਕੀਤੀ ਮੰਗ, ਚੋਣ ਮੈਨੀਫੈਸਟੋ ਬਣੇ ਲੀਗਲ ਦਸਤਾਵੇਜ਼, ਸਮਾਬੱਧ ਗਰੰਟੀਆਂ ਪੂਰੀਆਂ ਨਾ ਕਰਨ ਵਾਲੀਆਂ ਪਾਰਟੀਆਂ ਦੀ ਮਾਨਤਾ ਹੋਵੇ ਰੱਦ। ਸੀਐਮ ਮਾਨ ਦਾ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ, ਕਿਹਾ ਹੈ ਪੰਜਾਬ ਦੇ ਵਿੱਚ ਪੈਦਾ ਹੋਏ ਨਵੀਂ ਕਿਸਮ ਦੇ ਬੇਰੁਜ਼ਗਾਰ, ਸਿਆਸਤ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਆਉਂਦਾ, ਕੁਰਸੀ ਲੋਕਾਂ ਨੇ ਦਿੱਤੀ ਨਹੀਂ। ਨੌਕਰੀਆਂ ਨੂੰ ਲੈ ਕੇ ਸੀਐਮ ਮਾਨ ਦਾ ਸਦਨ ਦੇ ਵਿੱਚ ਦਾਅਵਾ, ਹੁਣ ਤੱਕ 40,000 ਤੋਂ ਵੱਧ ਨੌਕਰੀਆਂ ਦਿੱਤੀਆਂ, ਕੱਲ 2487 ਹੋਰ ਨੌਕਰੀਆਂ ਦੇ ਦੇਵਾਂਗੇ ਨਿਯੁਕਤੀ ਪੱਤਰ, ਸਾਡਾ ਖਜ਼ਾਨਾ ਨਹੀਂ ਹੈ ਖਾਲੀ। ਪੰਜਾਬ ਵਿਧਾਨ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ, ਵੜਿੰਗ ਬਾਜਵਾ ਸਣੇ 9 ਕਾਂਗਰਸੀ ਵਿਧਾਇਕ ਪੂਰੇ ਦਿਨ ਦੀ ਕਾਰਵਾਈ ਦੇ ਲਈ ਸਦਨ ਚੋਂ ਕੀਤੇ ਗਏ ਸਸਪੈਂਡ, ਮਾਰਸ਼ਲਾਂ ਨੇ ਕੱਢੇ ਬਾਹਰ, ਓਲਡ ਪੈਨਸ਼ਨ ਸਕੀਮ ਦੇ ਮੁੱਦੇ ਉੱਤੇ ਹੋ ਰਿਹਾ ਸੀ ਹੰਗਾਮਾ। ਕਨੌਲੀ ਬਾਰਡਰ ਤੇ ਕਿਸਾਨਾਂ ਤੇ ਬਲ ਪ੍ਰਯੋਗ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਾਖਲ ਕੀਤੀ ਪਟੀਸ਼ਨ, CBI ਜਾਂ ਹਾਈਕੋਰਟ ਦੇ ਰਿਟਾਇਰਡ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ। ਕਿਸਾਨ ਜਥੇਬੰਦੀਆਂ ਦੇ ਵਿਚਾਲੇ ਖਿੱਚੋਤਾਣ ਬਰਕਰਾਰ, ਉਗਰਾਹਾਂ ਦਾ ਭੰਦੇਰ ਅਤੇ ਡੱਲੇਵਾਲ ਨੂੰ ਸਵਾਲ, ਕਿਹਾ SDM ਤੋੜ ਕੇ ਕਿਉਂ ਬਣਾਇਆ ਦੂਜਾ ਮੋਰਚਾ, ਆਪਣੀ ਗਲਤੀ ਦਾ ਕਰੋ ਅਹਿਸਾਸ। ਸਤਿ ਸ੍ਰੀ ਅਕਾਲ, ਨਮਸਕਾਰ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ, ਲੈ ਕੇ ਜਦੋਂ ਜਿਸ ਗਰੰਟੀ ਦੇ ਉੱਤੇ ਸਭ ਤੋਂ ਜ਼ਿਆਦਾ ਲੋਕਾਂ ਦੀਆਂ ਨਜ਼ਰਾਂ ਹੋਣ, ਜਾਂ ਪੰਜਾਬੀ ਅੱਧੀ ਆਬਾਦੀ ਨੂੰ ਉਮੀਦ ਤੇ ਉਡੀਕ ਹੋਵੇ ਤੇ ਗੱਲ ਉਸ ਗਰੰਟੀ ਦੀ ਹੋ ਰਹੀ ਹੋਵੇ, ਫਿਰ ਫਰਕ ਤਾਂ ਪੈਂਦਾ ਹੈ। ਜੀ ਹਾਂ, ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਉਸ ਗਰੰਟੀ ਦਾ ਜ਼ਿਕਰ ਕਰਦੇ ਹੋਏ ਜੋ 1000 ਰੁਪਏ ਵਾਲੀ ਆਮ ਆਦਮੀ ਪਾਰਟੀ ਨੇ ਕੀਤੀ, ਤੇ ਉਸਦੇ ਉੱਤੇ ਹੁਣ ਖਜ਼ਾਨਾ ਮੰਤਰੀ ਦੀ ਇੱਕ ਵੱਡੀ ਸਟੇਟਮੈਂਟ ਸਾਹਮਣੇ ਆਈ ਹੈ। ਸ਼ੁਰੂਆਤ ਇਸ ਦੇ ਨਾਲ ਹੀ, 1000 ਰੁਪਏ ਵਾਲੀ ਗਰੰਟੀ ਦੇ ਉੱਤੇ ਬੋਲੇ ਨੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਤੇ ਕਿਹਾ ਕਿ ਸਾਡੀ 1 ਗਰੰਟੀ ਬਾਕੀ ਹੈ 1000 ਰੁਪਏ ਵਾਲੀ, ਉਹ ਵੀ ਛੇਤੀ ਪੂਰੀ ਕਰ ਦੇਵਾਂਗੇ। ਸਰਕਾਰ ਨੇ 4 ਮੁੱਖ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ, ਅਸੀਂ ਹਰ ਗਰੰਟੀ ਨੂੰ ਪੂਰੀ ਕਰਾਂਗੇ। ਲੋਕ ਸਭਾ ਚੋਣਾਂ ਬਿਲਕੁਲ ਨੇੜੇ ਨੇ ਤੇ ਇਸ ਵਿਚਾਲੇ ਉਮੀਦ ਕੀਤੀ ਜਾ ਰਹੀ ਹੈ ਕਿ 1000 ਰੁਪਏ ਵਾਲਾ ਕੋਈ ਜਿਹੜਾ ਚੋਣ ਵਾਅਦਾ ਹੈ ਉਸ ਨੂੰ ਲੈ ਕੇ ਐਲਾਨ ਕਰ ਦਿੱਤਾ ਜਾ ਸਕਦਾ ਹੈ। ਹਾਲਾਂਕਿ ਬਜਟ ਦੇ ਵਿੱਚ ਉਮੀਦ ਸੀ, ਉਸਦੇ ਵਿੱਚ 1000 ਰੁਪਏ ਵਾਲੀ ਗਰੰਟੀ ਦਾ ਜ਼ਿਕਰ ਨਹੀਂ ਸੀ, ਤੇ ਤੁਸੀਂ ਕਹਿ ਸਕਦੇ ਹੋ ਕਿ ਵਿਰੋਧੀਆਂ ਨੇ ਉਸ ਨੂੰ ਲੈ ਕੇ ਖੂਬ ਸਰਕਾਰ ਨੂੰ ਘੇਰਿਆ ਹੈ ਪਿਛਲੇ ਦਿਨਾਂ ਦੇ ਵਿੱਚ, ਬਜਟ ਦੇ ਦੌਰਾਨ ਵੀ, ਤੇ ਇਸ ਵਿਚਾਲੇ ਜਦੋਂ ਸਦਨ ਦੇ ਵਿੱਚ ਹਰਪਾਲ ਚੀਮਾ ਬੋਲ ਰਹੇ ਸਨ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ 1000 ਰੁਪਏ ਵਾਲੀ ਗਰੰਟੀ ਬਾਕੀ ਹੈ, ਉਹ ਵੀ ਅਸੀਂ ਛੇਤੀ ਪੂਰੀ ਕਰਨ ਜਾ ਰਹੇ ਹਾਂ, ਤਾਂ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਹੋ ਜਾਵੇਗੀ, ਜਾਂ ਇੰਤਜ਼ਾਰ ਥੋੜ੍ਹਾ ਜਿਹਾ ਕਰਨਾ ਹੋਏਗਾ। ਇਹ ਇੱਕ ਵੱਡਾ ਸਵਾਲ ਲਾਜ਼ਮੀ ਤੌਰ 'ਤੇ ਹੈ। ਸਾਡੀਆਂ ਭੈਣਾਂ ਦੀ, ਮਾਵਾਂ ਦੀ, ਸਾਡੀਆਂ ਮਹਿਲਾਵਾਂ ਦੀ, ਬਿਲਕੁਲ ਇਸ ਹਾਊਸ ਦੇ ਅੰਦਰ ਅਸੀਂ ਬੜੇ ਜ਼ਿੰਮੇਵਾਰੀ ਨਾਲ ਕਹਿੰਦੇ ਹਾਂ ਕਿ ਉਹ ਵੀ ਅਸੀਂ ਗਰੰਟੀ ਪੂਰੀ ਕਰਾਂਗੇ, ਪਰ ਲੇਕਿਨ ਅਸੀਂ 4 ਗਰੰਟੀਆਂ ਜਿਹੜੀਆਂ ਨੇ ਉਹ ਅਸੀਂ ਹੁਣ ਤੱਕ ਪੂਰੀਆਂ ਕਰ ਚੁੱਕੇ ਹਾਂ। ਗਰੰਟੀ ਰਹਿ ਗਈ 1, ਸਾਡੀਆਂ ਭੈਣਾਂ ਦੀ, ਮਾਵਾਂ ਦੀ, ਸਾਡੀਆਂ ਮਹਿਲਾਵਾਂ ਦੀ, ਬਿਲਕੁਲ ਇਸ ਹਾਊਸ ਦੇ ਅੰਦਰ ਅਸੀਂ ਬੜੇ ਜ਼ਿੰਮੇਵਾਰੀ ਨਾਲ ਕਹਿੰਦੇ ਹਾਂ ਕਿ ਉਹ ਵੀ ਅਸੀਂ ਗਰੰਟੀ ਪੂਰੀ ਕਰਾਂਗੇ, ਪਰ ਲੇਕਿਨ ਅਸੀਂ 4 ਗਰੰਟੀਆਂ ਜਿਹੜੀਆਂ ਨੇ ਉਹ ਅਸੀਂ ਹੁਣ ਤੱਕ ਪੂਰੀਆਂ ਕਰ ਚੁੱਕੇ ਹਾਂ। ਤਾਂ ਛੇਤੀ ਗਰੰਟੀ 1000 ਰੁਪਏ ਵਾਲੀ ਪੂਰੀ ਕਰ ਦੇਵੇਗੀ ਸਰਕਾਰ, ਪਰ ਕਦੋਂ ਉਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ। ਉਧਰ ਬਜਟ ਇਜਲਾਸ ਦੇ 4th ਦਿਨ ਆਪਣੇ ਸੰਬੋਧਨ ਦੇ ਵਿੱਚ ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨੂੰ ਵੀ ਨਿਸ਼ਾਨੇ ਤੇ ਲਿਆ, ਅਤੇ ਸੀਐਮ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਗਰੰਟੀ ਸ਼ਬਦ ਲੋਕਾਂ ਦੇ ਸਾਹਮਣੇ ਲਿਆਂਦਾ ਤਾਂ BJP ਨੇ ਵੀ ਇਸ ਨੂੰ ਕਾਪੀ ਕਰ ਲਿਆ। ਕੇਜਰੀਵਾਲ ਸਾਹਿਬ ਨੇ ਗਰੰਟੀਆਂ
ਕਹਿਣਾ ਸ਼ੁਰੂ ਕੀਤਾ। ਅੱਜ ਕੱਲ੍ਹ ਉਹ ਵੀ ਗਾਰੰਟੀਆਂ ਕਹਿਣ ਲੱਗ ਗਿਆ, ਐਡ ਆਉਂਦੀ ਹੈ ਮੋਦੀ ਕੀ ਗਾਰੰਟੀ। ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਬੀਜੇਪੀ ਦੇ ਆਗੂ ਵੀ ਛੇਤੀ ਹੀ ਪਲਟ ਜਾਂਦੇ ਨੇ ਅਤੇ ਖੁਦ ਨੂੰ ਪਹਿਲਾਂ ਚੌਕੀਦਾਰ ਕਹਿਣ ਵਾਲੇ ਹੁਣ ਪਰਿਵਾਰ ਦੇ ਮੈਂਬਰ ਹੋਣ ਦਾ ਦਾਅਵਾ ਕਰਦੇ ਨੇ। 19 ਚ ਚੌਕੀਦਾਰ ਬਣ ਗਏ, ਹੁਣ ਪਰਿਵਾਰ ਦੇ ਮੈਂਬਰ ਮੇਰੇ ਪਰਿਜਨ ਉਹ ਕਹਿੰਦੇ ਨੇ, ਮਤਲਬ ਬਦਲ ਜਾਂਦੇ ਨੇ ਚੌਕੀਦਾਰ ਤੋਂ ਫਿਰ ਪਰਿਵਾਰ ਦੇ ਮੈਂਬਰ ਬਣ ਗਏ ਹੁਣ। ਲੋਕ ਸਭਾ ਚੋਣ ਵਰੀ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਜਦੋਂ ਕੇਂਦਰ ਦੀ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਆ ਜਾਣ, ਫਿਰ ਫਰਕ ਤਾਂ ਪੈਂਦਾ। ਤਾਂ ਖੂਬ ਤਿੱਖੇ ਨਿਸ਼ਾਨੇ ਇੱਕ ਦੂਜੇ ਦੇ ਉੱਤੇ ਸਾਧੇ ਜਾ ਰਹੇ ਨੇ। ਸਭ ਦੇ ਵਿਚਾਲੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਵਿਚਾਲੇ ਓਪੀਐਸ ਦਾ ਮੁੱਦਾ, ਓਲਡ ਪੈਨਸ਼ਨ ਸਕੀਮ ਦਾ ਮੁੱਦਾ ਗੂੰਜਦਾ ਨਜ਼ਰ ਆਇਆ। ਕਾਂਗਰਸ ਨੇ ਸਦਨ ਦੇ ਵਿੱਚ ਓਲਡ ਪੈਨਸ਼ਨ ਸਕੀਮ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਦੇ ਵਿੱਚ ਵਾਧੇ ਦਾ ਮੁੱਦਾ ਵੀ ਚੁੱਕਿਆ ਗਿਆ, ਨਾਲ ਹੀ ਕਿਹਾ ਕਿ ਮਹਿਲਾਵਾਂ ਨੂੰ 1,000 ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਵੀ ਸਰਕਾਰ ਪੂਰਾ ਨਹੀਂ ਕਰ ਸਕੀ। ਨੋਟੀਫਿਕੇਸ਼ਨ ਜਾਰੀ ਹੋਇਆ ਜਿਨ੍ਹਾਂ ਨੇ 18 ਨਵੰਬਰ 2022 ਨੂੰ, ਸਟਿਲ ਓਪੀਐਸ ਜਿਹੜੀ ਸਕੀਮ ਹੈ ਉਦੋਂ ਬਾਅਦ ਉਹ ਉਵੇਂ ਪੈਂਡਿੰਗ ਦੀ ਪੈਂਡਿੰਗ ਪਈ ਹੈ। ਕਾਂਗਰਸੀ ਆਗੂਆਂ ਨੇ ਸਦਨ ਦੇ ਵਿੱਚ ਉਹਨਾਂ ਨੂੰ ਬੋਲਣ ਦੇ ਲਈ ਮਿਲੇ ਸਮੇਂ ਦੇ ਉੱਤੇ ਵੀ ਹੰਗਾਮਾ ਕੀਤਾ। ਕਾਬਲੇ ਗੌਰ ਹੈ ਕਿ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਮੰਗਲਵਾਰ ਨੂੰ 2 ਲੱਖ ਕਰੋੜ ਤੋਂ ਜ਼ਿਆਦਾ ਦਾ ਬਜਟ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਸਦਨ ਦੇ ਵਿੱਚ ਇਸ ਮੁੱਦੇ ਤੇ ਬਹਿਸ ਹੋ ਰਹੀ ਸੀ। ਇਸ ਵਿਚਾਲੇ 9 ਵਿਧਾਇਕਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ, ਹਾਲਾਂਕਿ 1 ਦਿਨ ਦੇ ਲਈ ਸਸਪੈਂਡ ਕੀਤਾ ਗਿਆ ਸੀ ਪੂਰੇ ਦਿਨ ਦੀ ਕਾਰਵਾਈ। ਉਧਰ ਵਿਧਾਨ ਸਭਾ ਦੀ ਕਾਰਵਾਈ ਦੇ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਹੰਗਾਮਾ ਕੀਤਾ ਤਾਂ ਸਪੀਕਰ ਨੇ ਮਾਰਸ਼ਲਸ ਨੂੰ ਬੁਲਵਾਇਆ ਤੇ ਜਿਹੜੇ ਕਾਂਗਰਸ ਦੇ ਵਿਧਾਇਕ ਮੌਜੂਦ ਸੀ ਉਹਨਾਂ ਨੂੰ ਬਾਹਰ ਕੱਢਣ ਦੇ ਆਦੇਸ਼ ਦੇ ਦਿੱਤੇ। ਇਹ ਹੰਗਾਮਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਕਾਂਗਰਸ ਨੇ ਤੈਅ ਵਕਤ ਤੋਂ ਜ਼ਿਆਦਾ ਵਕਤ ਦੀ ਮੰਗ ਕਰਦਿਆਂ ਵੈਲ ਦੇ ਵਿੱਚ ਆ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਕਾਂਗਰਸ ਦੇ ਵਿਧਾਇਕਾਂ ਨੂੰ ਬੈਠਣ ਦੀ ਅਪੀਲ ਕੀਤੀ ਗਈ ਤਾਂ ਤਲਖੀ ਵੱਧ ਗਈ। ਇਸ ਸਭ ਦੇ ਵਿਚਾਲੇ ਸਪੀਕਰ ਨੇ ਕਾਂਗਰਸ ਦੇ 9 ਵਿਧਾਇਕਾਂ ਨੂੰ ਬੁੱਧਵਾਰ ਦੀ ਕਾਰਵਾਈ ਦੇ ਲਈ ਸਸਪੈਂਡ ਕਰਦਿਆਂ ਮਾਰਸ਼ਲਾਂ ਨੂੰ ਸੱਦ ਲਿਆ। ਮਾਰਸ਼ਲ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਕਾਂਗਰਸ ਦੇ ਮੈਂਬਰ ਜਿਹੜੇ ਬਿਨਾਂ ਸੰਦੀਪ ਜਾਖੜ ਤੋਂ ਸਾਰਿਆਂ ਨੂੰ ਬਾਹਰ ਕੱਢ ਦੇ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਕਾਰਵਾਈ ਤੇ ਸਵਾਲ ਚੁੱਕੇ, ਜਦੋਂ ਕਿ ਕੈਬਨਿਟ ਮੰਤਰੀ ਮੀਥੀਅਰ ਕਹਿ ਰਹੇ ਨੇ ਕਿ ਬੀਐਸਸੀ ਦੀ ਮੀਟਿੰਗ ਦੇ ਵਿੱਚ ਹੀ ਵਕਤ ਤੈਅ ਕੀਤਾ ਜਾਂਦਾ ਹੈ। ਉਹਨਾਂ ਨੇ ਮਾਰਸ਼ਲ ਤੋਂ ਆ ਮੇਰੇ ਹਾਲਾਤ ਆ ਮਾਰਸ਼ਲ ਤੋਂ ਚਕਾ ਚਕਾ ਕੇ ਪੁਲਿਸ ਤੋਂ ਹੁਣ ਦੋਵੇਂ ਲੱਤਾਂ ਤੇ ਬਾਹਾਂ ਫੜਾ ਕੇ ਬਾਹਰ ਸੱਟ ਕੇ ਗਏ। ਦਿਸ ਇਜ਼ ਨਾਟ ਦਾ ਡੈਮੋਕ੍ਰੇਸੀ। ਤੁਸੀਂ ਅੱਧਾ ਘੰਟਾ ਪੌਣਾ ਘੰਟਾ ਸਮੇਂ ਦੇ ਵਿੱਚ ਵੀ ਆਪਣੀ ਗੱਲ ਨਹੀਂ ਰੱਖ ਪਾਉਂਗੇ ਤਾਂ ਫਿਰ ਹੋਰ ਕਿੰਨਾ ਸਮਾਂ ਜਿਹੜਾ ਉਹ ਦਿੱਤਾ ਜਾ ਸਕਦਾ। ਵਿਰੋਧੀ ਧਿਰਾਂ ਦੇ ਇਸ ਹੰਗਾਮੇ ਦੇ ਵਿਚਾਲੇ ਹਾਊਸ ਦੀ ਕਾਰਵਾਈ ਵੀ ਕੁਝ ਸਮੇਂ ਦੇ ਲਈ ਮੁਲਤਵੀ ਕਰਨੀ ਪਈ। ਖੈਰ ਖੂਬ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ, ਪਰ ਤਕਰਾਰ ਦੇ ਵਿਚਾਲੇ ਜਦੋਂ ਮਾਰਸ਼ਲਸ ਨੂੰ ਸਦਨ ਦੇ ਵਿੱਚ ਬੁਲਾਉਣਾ ਪੈ ਜਾਵੇ ਤੇ ਮਾਰਸ਼ਲ ਬਾਹਰ ਕਰਨ ਵਿਧਾਇਕਾਂ ਨੂੰ ਲੀਡਰ ਆਫ ਆਪੋਜੀਸ਼ਨ ਦੇ ਨਾਲ ਨਾਲ, ਫਿਰ ਫਰਕ ਤਾਂ ਪੈਂਦਾ। ਉਧਰ ਪੰਜਾਬ ਵਿਧਾਨ ਸਭਾ ਨੇ ਸੂਬੇ ਦਾ ਬਜਟ ਪਾਸ ਕਰ ਦਿੱਤਾ। ਸੀਐਮ ਮਾਨ ਨੇ ਆਪਣੀ ਤਕਰੀਰ ਦੇ ਵਿੱਚ ਕਾਂਗਰਸੀ ਵਿਧਾਇਕਾਂ ਦੇ ਹੰਗਾਮੇ ਤੇ ਵੀ ਤੰਗ ਕਰ ਤੇ ਸੀਐਮ ਨੇ ਕਿਹਾ ਕਿ ਬਾਕੀ ਦੇ ਵਿਧਾਇਕ ਵਿਧਾਨ ਸਭਾ ਦੇ ਵਿੱਚ ਬੋਲਣ ਦੇ ਲਈ ਸਮਾਂ ਮੰਗਦੇ ਨੇ ਪਰ ਕਾਂਗਰਸ ਦੇ ਆਗੂ ਘਰ ਜਾਣ ਦੇ ਲਈ ਵਕਤ ਮੰਗ ਰਹੇ ਸਨ। ਇੱਥੇ ਕੀ ਹੈ, ਸਾਨੂੰ ਟਾਈਮ ਦੇ ਦਿਓ, ਅਸੀਂ ਆਪਦੇ ਦੇ ਘਰੇ ਜਾਣਾ ਜੀ। ਕੀ ਗੱਲ ਉਹਨਾਂ ਨੇ ਵਿਧਾਨ ਸਭਾ ਉਹ ਚਲਾ ਰਹੇ ਨੇ। ਇਸ ਦੇ ਨਾਲ ਹੀ ਸੀਐਮ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਰੁਜ਼ਗਾਰ ਦੇਣ ਦੀ ਜਿਹੜੀ ਗਰੰਟੀ ਦਿੱਤੀ ਸੀ ਉਸ ਦੇ ਉੱਤੇ ਉਹ ਖਰੀ ਉਤਰੀ ਹੈ। ਮੁੱਖ ਮੰਤਰੀ ਮੁਤਾਬਕ ਮੈਨੀਫੈਸਟੋ ਦੇ ਵਿੱਚ ਕੀਤੇ ਵਾਅਦੇ ਪੂਰੇ ਨਾ ਕਰਨ ਵਾਲੀਆਂ ਧਿਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਕਿਹਾ ਗਿਆ ਕਿ 100 ਦਿਨਾਂ 'ਚ ਕਾਲਾ ਧਨ ਵਾਪਸ ਆ ਜਾਊਗਾ ਤਾਂ 101ਵੇਂ ਦਿਨ ਉਸ ਪਾਰਟੀ ਨੂੰ ਨੋਟਿਸ ਜਾਣਾ ਚਾਹੀਦਾ। ਵਿਰੋਧੀ ਧਿਰਾਂ ਨੂੰ ਆਪਣੇ ਤਰਕ ਦੇ ਨਾਲ ਨਿਸ਼ਾਨੇ ਦੇ ਉੱਤੇ ਲੈ ਰਹੇ ਮੁੱਖ ਮੰਤਰੀ ਨੇ ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਏ ਜਾਣ ਦੀ ਗੱਲ ਕਹਿ ਕੇ ਨਵੀਂ ਚਰਚਾ ਵੀ ਛੇੜ ਦਿੱਤੀ।
ਖੈਰ ਚੋਣ ਵਾਅਦੇ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ, ਪਰ ਜਦੋਂ ਇੱਕ ਪਾਰਟੀ ਦਾ ਵੱਡਾ ਆਗੂ ਕਹੇ ਕਿ ਇਸ ਨੂੰ ਲੀਗਲ ਡਾਕੂਮੈਂਟ ਬਣਾ ਦਵੋ, ਫਿਰ ਫਰਕ ਤਾਂ ਪੈਂਦਾ ਹੈ। ਇਸ ਦੇ ਉੱਤੇ ਅਮਲ ਕੌਣ ਤੇ ਕਦੋਂ ਕਰਦਾ ਤੇ ਦੇਖਣਾ ਹੋਵੇਗਾ। ਇਸ ਸਭ ਦੇ ਵਿੱਚ ਵਾਲੀ ਇੱਕ ਵੱਡੀ ਖਬਰ ਦਾ ਰੁੱਖ ਕਰਦੇ ਹਾਂ ਤੇ ਗੱਲ ਇੱਕ ਅਹਿਮ ਆਗੂ ਦਾ। ਅੰਮ੍ਰਿਤਸਰ ਤੋਂ ਚੋਣ ਪਿੰਡ ਦੇ ਵਿੱਚ ਨਿੱਤਰ ਸਕਦੇ ਨੇ ਤਰਨਜੀਤ ਸਿੰਘ ਸੰਧੂ। ਜਾਂ ਗੁਰੂ ਨਗਰੀ ਦੀ ਸੇਵਾ ਕਰਨੀ ਚਾਹੁੰਦਾ ਹਾਂ, ਉਹਨਾਂ ਦੇ ਵੱਲੋਂ ਨਿਊਜ਼ 18 ਦੇ ਨਾਲ ਗੱਲਬਾਤ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕੰਮ ਦੇ ਤਰੀਕੇ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ, 10 ਸਾਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ। ਤਰਨਜੀਤ ਸਿੰਘ ਸੰਧੂ ਦੀ ਇਹ ਸਟੇਟਮੈਂਟ ਹੈ ਨਿਊਜ਼ 18 ਪੰਜਾਬ ਦੇ ਨਾਲ। ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਬੀਜੇਪੀ ਦੀ ਟਿਕਟ ਤੁਸੀਂ ਚਾਹੁੰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਪਲੈਟਫਾਰਮ ਕੋਈ ਵੀ ਹੋਵੇ, ਮੈਂ ਪੰਜਾਬ ਦੇ ਵਿੱਚ ਆ ਕੇ ਗੁਰੂ ਨਗਰੀ ਦੀ ਸੇਵਾ ਕਰਨਾ ਚਾਹੁੰਦਾ ਹਾਂ। ਅਮਰੀਕਾ ਦੇ ਵਿੱਚ ਭਾਰਤ ਦੇ ਅੰਬੈਸਡਰ ਰਹੇ ਨੇ ਤਰਨਜੀਤ ਸਿੰਘ ਸੰਧੂ, ਤੇਜਾ ਸਿੰਘ ਸਮੁੰਦਰੀ ਦੇ ਪੋਤੇ ਨੇ ਅਤੇ ਇਸ ਸਮੇਂ ਅੰਮ੍ਰਿਤਸਰ ਤੋਂ ਇੱਕ ਦਾਅਵੇਦਾਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਦੇਖਿਆ ਜਾ ਰਿਹਾ। ਇਹ ਵੀ ਜਾਣਕਾਰੀ ਹੈ ਕਿ ਬੀਜੇਪੀ ਉਹਨਾਂ ਨੂੰ ਉਮੀਦਵਾਰ ਦੇ ਤੌਰ ਦੇ ਉੱਤੇ ਅੰਮ੍ਰਿਤਸਰ ਤੋਂ ਉਤਾਰ ਸਕਦੀ ਹੈ। ਬੀਜੇਪੀ ਦੀ ਟਿਕਟ ਦੇ ਉੱਤੇ ਸਵਾਲ ਜੋ ਸਵਾਲ ਕੀਤਾ ਗਿਆ ਉਹਨਾਂ ਨੂੰ ਕਿ ਟਿਕਟ ਦੇ ਤੁਸੀਂ ਦਾਅਵੇਦਾਰ ਹੋ ਚਾਹੁੰਦੇ ਹੋ, ਤਾਂ ਉਹਨਾਂ ਨੇ ਜ਼ਰੂਰ ਕਿਹਾ ਕਿ ਪਲੈਟਫਾਰਮ ਕੋਈ ਵੀ ਹੋਵੇ ਉਹ ਗੁਰੂ ਨਗਰੀ ਦੀ ਸੇਵਾ ਕਰਨਾ ਚਾਹੁੰਦੇ। ਵੈਦਰ ਮੈਂ ਲੋਕ ਸਭਾ ਉਮੀਦਵਾਰ ਹੋਵਾਂ ਜਾਂ ਨਾ ਹੋਵਾਂ, ਇਹ ਚੀਜ਼ ਅੰਮ੍ਰਿਤਸਰ 'ਚ ਆਉਣੀ ਚਾਹੀਦੀ ਹੈ ਔਰ ਆ ਸਕਦੀ ਹੈ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ, ਤੁਸੀਂ ਮੈਨੂੰ ਪੁੱਛਿਆ ਸੀ ਕੀ ਕਰ ਸਕਦੇ। ਸਾਡੇ ਸ਼ਹਿਰ 'ਚ 1 ਲੱਖ ਵਿਜ਼ਿਟਰ ਆਉਂਦਾ ਹੈ ਹਰ ਦਿਨ। ਮੈਂ ਇਹ ਸੁਣਿਆ ਕਿ ਵੀਕਐਂਡ 'ਚ ਤਾਂ ਉਹ 1.5-2 ਲੱਖ ਵੀ ਹੋ ਜਾਂਦਾ ਹੈ। ਅਗਰ ਇਹੋ ਹੀ ਵਿਜ਼ਿਟਰ ਨੂੰ ਆਪਾਂ ਟੂਰਿਸਟ ਬਣਾਈਏ, ਮਤਲਬ ਕਿ ਉਹ ਇੱਥੇ 2-4 ਦਿਨ ਰਹਿ ਕੇ ਜਾਵੇ, ਤਾਂ ਕਿੰਨਾ ਫਾਇਦਾ ਅੰਮ੍ਰਿਤਸਰ ਦੀ ਇਕੋਨਮੀ ਨੂੰ ਹੀ ਹੋ ਸਕਦਾ ਹੈ। ਮੈਂ 10 ਸਾਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਕੰਮ ਕੀਤਾ ਔਰ ਇਹ ਰਿਲੇਸ਼ਨਸ਼ਿਪ ਪਿਛਲੇ 4 ਸਾਲ ਦੀ ਅੰਬੈਸਡਰਸ਼ਿਪ ਮੈਂ ਨਿਭਾਈ ਔਰ ਆਹ ਜ਼ਿਆਦਾ ਜਿਹੜੇ ਮੈਂ ਤੁਹਾਨੂੰ ਦੱਸਿਆ ਏਰੀਆਸ, ਦੇਖੋ ਮੈਂ ਤੁਹਾਨੂੰ ਜਦੋਂ ਕਿਹਾ ਕਿ ਫੈਕਟਰੀਆਂ ਇੰਡੀਆ 'ਚ ਲੱਗ ਰਹੀਆਂ, ਸੇਮੀ ਕੰਡਕਟਰ ਮਾਈਕਰੋਨ ਸਭ ਤੋਂ ਵੱਡੀ ਦੁਨੀਆ ਦੀ ਫੈਕਟ ਕੰਪਨੀ ਹੈ, ਉਹ ਇਸ ਵੇਲੇ ਇੰਡੀਆ 'ਚ ਫੈਕਟਰੀ ਲਗਾ ਰਹੀ ਹੈ ਔਰ ਸੇਮੀ ਕੰਡਕਟਰ 'ਚ ਸਿਰਫ ਫੈਬ ਤੇ ਇਕੋਸਿਸਟਮ ਨਹੀਂ ਚਾਹੀਦਾ, ਉਹਦੇ 'ਚ ਕਈ ਨੌਕਰੀਆਂ ਵੀ ਚਾਹੀਦੀਆਂ ਨੇ ਜਿਹਦੇ ਲਈ ਬੜਾ ਯੂਥ ਦੀ ਲੋੜ ਹੈ। ਮਤਲਬ ਪੂਰੀ ਦੀ ਪੂਰੀ ਫੈਕਟਰੀ ਨਹੀਂ ਇੱਥੇ ਚਾਹੀਦੀ, ਸਿਰਫ ਸਪਲਾਈ ਚੇਨ ਦਾ ਇੱਕ ਪਾਰਟ ਬਣ ਸਕਦੇ ਆ। ਉਹਦੇ ਨਾਲ ਹੀ ਸਾਡੇ ਯੰਗ ਜਿਹੜੇ ਬੱਚੇ ਨੇ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਇੱਥੇ ਆ ਕੇ ਮੈਂ ਉਹ ਆਪਣੀ ਜਿਹੜੀ ਸਾਰੀ ਨੌਲੇਜ ਗੇਨ ਕੀਤੀ, ਕੰਟੈਕਟ ਬਣਾਏ, ਉਹਨਾਂ ਨੂੰ ਮੈਂ ਅੰਮ੍ਰਿਤਸਰ ਨੂੰ ਦੇਣਾ ਚਾਹੁੰਦਾ ਔਰ ਉਹਦੇ ਕਈ ਤਰੀਕੇ ਨੇ। ਅਗਰ ਉਹਦਾ ਤਰੀਕਾ ਇਹ ਹੈ ਕਿ ਕਿਸੇ ਪਲੈਟਫਾਰਮ ਨੂੰ ਯੂਜ਼ ਕਰਨਾ ਹੈ, ਉੱਥੇ ਆਉਣਾ ਹੈ ਅਤੇ ਉਹਨੂੰ ਅਚੀਵ ਕਰਨ ਲਈ ਬਿਲਕੁਲ ਕਰਾਂਗਾ, ਲੇਕਿਨ ਇਸ ਕਰਕੇ ਨਹੀਂ ਆਉਣਾ ਕਿ ਕੋਈ ਤਗਮਾ ਚਾਹੀਦਾ ਜਾਂ ਕੋਈ ਪੈਸੇ ਚਾਹੀਦੇ ਨੇ। ਤਾਂ ਲੋਕ ਸਭਾ ਦੇ ਉਮੀਦਵਾਰ ਅੰਮ੍ਰਿਤਸਰ ਤੋਂ ਬੀਜੇਪੀ ਦੀ ਟਿਕਟ ਦੇ ਉੱਤੇ ਤਰਨਜੀਤ ਸਿੰਘ ਸੰਧੂ ਹੋ ਸਕਦੇ ਨੇ, ਹਾਲਾਂਕਿ ਉਹਨਾਂ ਨੇ ਸਿੱਧ ਤੌਰ ਦੇ ਉੱਤੇ ਦਾਅਵੇਦਾਰੀ ਨਹੀਂ ਠੋਕੀ ਪਰ ਮਨਾ ਵੀ ਨਹੀਂ ਕੀਤਾ। ਹੁਣ ਅੱਗੇ ਵੱਧਦੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕੋਲਕਾਤਾ ਦੇ ਵਿੱਚ ਦੇਸ਼ ਦੀ ਪਹਿਲੀ ਅੰਡਰ ਵਾਟਰ ਮੈਟਰੋ ਸੇਵਾ ਦਾ ਉਦਘਾਟਨ। ਅੰਡਰ ਵਾਟਰ ਮੈਟਰੋ ਹੁਗਲੀ ਦੇ ਹਾਵੜਾ ਨੂੰ ਸਾਲਟ ਲੇਕ ਸ਼ਹਿਰ ਦੇ ਨਾਲ ਜੋੜੇਗੀ। ਇਸ ਦੇ ਵਿੱਚ 6 ਸਟੇਸ਼ਨ ਹੋਣਗੇ, ਜਿਨ੍ਹਾਂ ਦੇ ਵਿੱਚ 3 ਅੰਡਰਗਰਾਊਂਡ ਸਟੇਸ਼ਨ ਨੇ। ਉੱਥੇ ਹਾਵੜਾ ਸਟੇਸ਼ਨ ਭਾਰਤ ਦਾ ਸਭ ਤੋਂ ਹੁਣ ਡੂੰਘਾ ਮੈਟਰੋ ਸਟੇਸ਼ਨ ਹੈ। ਇਸ ਮੈਟਰੋ ਟਰਨਲ ਨੂੰ ਹੁਗਲੀ ਨਦੀ ਦੇ ਤਲ ਤੋਂ 32 ਮੀਟਰ ਹੇਠਾਂ ਬਣਾਇਆ ਗਿਆ ਹੈ।
ਪਾਣੀ ਦੇ ਅੰਦਰ ਬਣੀ ਮੈਟਰੋ ਸੁਰੰਗ 16.6 ਕਿਲੋਮੀਟਰ ਲੰਬੀ ਹੈ। ਪ੍ਰਧਾਨ ਮੰਤਰੀ ਨੇ ਇਸ ਮੈਟਰੋ ਦੇ ਵਿੱਚ ਸਕੂਲੀ ਬੱਚਿਆਂ ਦੇ ਨਾਲ ਸਫ਼ਰ ਕੀਤਾ, ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕੋਲਕਾਤਾ ਮੈਟਰੋ ਦੇ ਹਾਵੜਾ ਮੈਦਾਨ, ਐਸਪਲੇਨੇਡ ਮੈਟਰੋ ਸੈਕਸ਼ਨ, ਕਵੀ ਸੁਭਾਸ਼ ਸਟੇਸ਼ਨ ਹੇਮੰਤ ਮੁਖੋਪਾਧਿਆਏ ਮੈਟਰੋ ਸੈਕਸ਼ਨ ਅਤੇ ਤਾਰਾਤਲਾ ਮਾਝੇਰਹਾਟ ਮੈਟਰੋ ਸਟੇਸ਼ਨ ਦਾ ਵੀ ਉਦਘਾਟਨ ਕੀਤਾ। ਤਾਂ ਅੰਡਰ ਵਾਟਰ ਮੈਟਰੋ ਦੀ ਸ਼ੁਰੂਆਤ ਦੇਸ਼ ਦੇ ਵਿੱਚ ਹੋ ਚੁੱਕੀ ਹੈ। ਹੁਣ ਅੱਗੇ ਵੱਧਦੇ ਹਾਂ ਅਤੇ ਅਗਲੀ ਖਬਰ ਤੋਂ ਪਹਿਲਾਂ ਅਸੀਂ ਰੁੱਕ ਕਰਾਂਗੇ ਅੱਜ ਦੇ ਸਵਾਲ ਦਾ। ਅੱਜ ਦਾ ਸਵਾਲ ਅੰਡਰ ਵਾਟਰ ਟਨਲ ਦੇ ਨਾਲ ਹੀ ਜੁੜਿਆ ਹੋਇਆ ਹੈ। ਦੁਨੀਆ ਦੀ ਸਭ ਤੋਂ ਲੰਬੀ ਅੰਡਰ ਵਾਟਰ ਟਨਲ ਕਿੱਥੇ ਹੈ, ਕਿਹੜੇ ਦੇਸ਼ ਦੇ ਵਿੱਚ ਹੈ? ਚਾਰ ਆਪਸ਼ਨਸ ਤੁਹਾਡੇ ਸਾਹਮਣੇ ਨੇ, ਜਪਾਨ, ਨਾਰਵੇ, ਇੰਗਲੈਂਡ ਜਾਂ ਫਿਰ ਭਾਰਤ। ਜਿਹੜੀ ਪਾਣੀ ਦੇ ਵਿੱਚੋਂ ਨਿਕਲ ਕੇ ਪੂਰੀ ਟਨਲ ਜਾਰੀ ਹੁੰਦੀ ਹੈ, ਅੰਡਰ ਵਾਟਰ ਟਨਲਸ ਬਣੀਆਂ ਹੁੰਦੀਆਂ ਨੇ, ਇਹ ਇੱਕ ਸਾਇੰਸ ਦੇ ਅਜੂਬੇ ਦੀ ਤਰ੍ਹਾਂ ਦੀ ਹੁੰਦਾ ਹੈ। ਅਤੇ ਦੁਨੀਆ ਦੇ ਵਿੱਚ ਸਭ ਤੋਂ ਲੰਬੀ ਇਹ ਟਨਲ ਕਿੱਥੇ ਹੈ, ਕਿਹੜੇ ਦੇਸ਼ ਦੇ ਵਿੱਚ ਹੈ, ਕਿੰਨੀ ਲੰਬੀ ਹੈ? ਪੂਰੀ ਜਾਣਕਾਰੀ ਦੇ ਨਾਲ ਸਵਾਲ ਦਾ ਜਵਾਬ ਥੋੜ੍ਹੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਉੱਧਰ ਖੇਲੋ ਇੰਡੀਆ ਦੇ ਐਥਲੀਟਸ ਨੂੰ ਕੇਂਦਰ ਸਰਕਾਰ ਨੇ ਵੱਡੀ ਸੁਗਾਤ ਦਿੱਤੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਐਲਾਨ ਕੀਤਾ ਕਿ ਖੇਲੋ ਇੰਡੀਆ ਦੇ ਐਥਲੀਟ ਹੁਣ ਸਰਕਾਰੀ ਨੌਕਰੀਆਂ ਦੇ ਲਈ ਐਲੀਜੀਬਲ ਹੋਣਗੇ। ਉਹਨਾਂ ਨੇ ਐਕਸ ਯਾਨੀ ਟਵਿੱਟਰ ਦੇ ਉੱਤੇ ਪੋਸਟ ਕਰਕੇ ਜਾਣਕਾਰੀ ਸਾਂਝੀ ਕੀਤੀ। ਐਲੀਜੀਬਿਲਟੀ ਕ੍ਰਾਈਟੀਰੀਆ ਮੇਂ ਉਹ ਬਦਲਾਵ ਕਰ ਦਿਆ ਗਿਆ ਹੈ ਕਿ ਖੇਲੋ ਇੰਡੀਆ ਕੇ ਅਗਰ ਆਪ ਮੈਡਲ ਵਿਨਰ ਹੋਗੇ ਤੋ ਅਬ ਆਪ ਸਰਕਾਰੀ ਨੌਕਰੀ ਮੇਂ ਵੀ ਭਾਗੀਦਾਰ ਹੋ ਸਕਤੇ ਹੋ। ਕਾਬਲੇ ਗੌਰ ਹੈ ਕਿ ਖੇਲੋ ਇੰਡੀਆ ਗੇਮਸ ਦਾ ਪਹਿਲੀ ਵਾਰ ਸਾਲ 2018 ਦੇ ਵਿੱਚ ਪ੍ਰਬੰਧ ਕੀਤਾ ਗਿਆ ਸੀ। ਖੇਲੋ ਇੰਡੀਆ ਗੇਮਸ ਦੇ ਐਥਲੀਟ ਪਹਿਲਾਂ ਸਰਕਾਰੀ ਨੌਕਰੀ ਦੇ ਲਈ ਯੋਗ ਨਹੀਂ ਸਨ, ਪਰ ਹੁਣ ਇਸ ਦੇ ਕ੍ਰਾਈਟੀਰੀਆ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ। ਖੈਰ ਇੱਕ ਵੱਡੀ ਸੁਗਾਤ ਦੇ ਤੌਰ ਦੇ ਉੱਤੇ ਲਾਜ਼ਮੀ ਤੌਰ ਤੇ ਦੇਖਿਆ ਜਾ ਰਿਹਾ ਹੈ। ਖੈਰ ਜਦੋਂ ਖਿਡਾਰੀ ਨੂੰ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ, ਨਾ ਸਿਰਫ ਉਹਨਾਂ ਖਿਡਾਰੀਆਂ ਨੂੰ ਬਲਕਿ ਜੋ ਖਿਡਾਰੀ ਬਣਨਾ ਚਾਹੁੰਦੇ ਨੇ ਉਹਨਾਂ ਨੂੰ। ਹੁਣ ਅੱਗੇ ਵੱਧਦੇ ਹਾਂ ਤੇ ਗੱਲ ਇਤਿਹਾਸ ਦੀ ਕਰਾਂਗੇ। 6 ਮਾਰਚ ਦਾ ਇਤਿਹਾਸ ਕੀ ਕੁਝ ਕਹਿੰਦਾ, ਹੁਣ ਜ਼ਿਕਰ ਉਸਦਾ। 6 ਮਾਰਚ ਦਾ ਇਤਿਹਾਸ ਦੇਸ਼ ਦੀਆਂ ਦੋ ਵੱਡੀਆਂ ਸ਼ਖਸੀਅਤਾਂ ਦੀ ਪਹਿਲੀ ਮੁਲਾਕਾਤ ਦੇ ਨਾਲ ਜੁੜਿਆ ਹੋਇਆ। ਮਹਾਤਮਾ ਗਾਂਧੀ ਅਤੇ ਰਵਿੰਦਰ ਨਾਥ ਟੈਗੋਰ ਦੀ ਪਹਿਲੀ ਮੁਲਾਕਾਤ ਹੋਈ ਸੀ ਸਾਲ 1915 ਦੇ ਵਿੱਚ। 6 ਮਾਰਚ ਦੇ ਹੀ ਦਿਨ ਸ਼ਾਂਤੀ ਨਿਕੇਤਨ ਦੇ ਵਿੱਚ ਮਹਾਤਮਾ ਗਾਂਧੀ ਅਤੇ ਰਵਿੰਦਰ ਨਾਥ ਟੈਗੋਰ ਪਹਿਲੀ ਵਾਰ ਮਿਲੇ ਸਨ। ਟੈਗੋਰ ਨੇ ਪਹਿਲੀ ਵਾਰ ਗਾਂਧੀ ਜੀ ਦੇ ਲਈ ਮਹਾਤਮਾ ਸ਼ੀਰਸ਼ਕ ਦਾ ਇਸਤੇਮਾਲ 1915 ਦੇ ਵਿੱਚ ਹੀ ਕੀਤਾ ਸੀ, ਜਿਸ ਤੋਂ ਬਾਅਦ ਗਾਂਧੀ ਜੀ ਨੇ ਰਵਿੰਦਰ ਨਾਥ ਟੈਗੋਰ ਨੂੰ ਗੁਰੂਦੇਵ ਕਿਹਾ। ਫਰਕ ਤਾਂ ਪੈਂਦੇ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਦੇ ਉਸ ਪਾਰ ਗੱਲ ਕਿਸਾਨਾਂ ਦੀ, ਕਿਸਾਨਾਂ ਦੇ ਵਿਚਾਲੇ ਤਲਖੀ ਬਰਕਰਾਰ ਹੈ। ਪੂਰਾ ਮਾਮਲਾ ਬ੍ਰੇਕ ਤੋਂ।